ਭਾਈ ਰਣਜੀਤ ਸਿੰਘ ਨਗਰ ਵਿਖੇ ਗੁਰੂ ਤੇਗ ਬਹਾਦਰ ਗੁਰਦੁਆਰਾ ਹਾਊਸਿੰਗ ਬੋਰਡ ਲੁਧਿਆਣਾ ਵਿਖੇ ਇੱਕ ਸਮਾਜ ਗੁਰਿੰਦਰਪਾਲ ਪੱਪੂ ਜੀ ਦੀ ਅਗਵਾਈ ਹੇਠ ਗੁਰਮਤ ਸਮਾਗਮ ਮਨਾਇਆ ਗਿਆ। ਦੱਸਿਆ ਜਾ ਰਿਹਾ ਕਿ ਭਾਈ ਰਣਜੀਤ ਸਿੰਘ ਜੀ ਨੇ ਸੁਤੰਤਰਤਾ ਸੰਗਰਾਮ ਦੇ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਸ ਕਮੇਟੀ ਵੱਲੋਂ ਸ਼ਹਿਰ ਦੀਆਂ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਤਸੰਗ ਸਭਾ ਹਾਊਸਿੰਗ ਬੋਰਡ ਵਿਖੇ ਪੰਥ ਰਤਨ ਸ੍ਰੀਮਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦਾ ਅੱਜ 144ਵਾਂ ਜਨਮ ਦਿਹਾੜਾ ਗੁਰਮਤ ਸਮਾਗਮ ਕਰਾ ਕੇ ਮਨਾਇਆ ਗਿਆ ਹੈ। ਪੰਥ ਰਤਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਿੱਖ ਕੌਮ ਦੇ ਵਿੱਚ ਅਹਿਮ ਅਸਥਾਨ ਹੈ, ਜਿੱਥੇ ਉਹਨਾਂ ਨੇ ਜਿਹੜੀ ਜ਼ਿੰਦਗੀ ਹੈ ਉਹ ਸਿੱਖਿਆ ਤੋਂ ਸ਼ੁਰੂ ਕੀਤੀ। ਉੱਥੇ ਉਹਨਾਂ ਨੇ ਸਿੱਖ ਕੌਮ ਵਾਸਤੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ। ਜੇਲ੍ਹ ਵਿੱਚ ਰਹਿ ਕੇ ਉਹਨਾਂ ਨੇ ਜੋ ਚਿੱਠੀਆਂ ਲਿਖੀਆਂ ਔਰ ਪੰਥ ਨੂੰ ਸੁਨੇਹਾ ਦਿੱਤਾ ਔਰ ਜੋ ਲਾਮਬੰਦ ਹੋ ਕੇ ਆਜ਼ਾਦੀ ਦੀ ਲੜਾਈ ਲੜੀ ਉਹ ਇਤਿਹਾਸਕ ਹੈ। ਅੱਜ ਅਸੀਂ ਸਾਰੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਮੈਂ ਜਿੱਥੇ ਆਪਣੇ ਦੋਸਤਾਂ ਦਾ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਉੱਥੇ ਮੈਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਬਲੂ ਵੀਰ ਜੀ, ਨਰੈਣ ਸਿੰਘ ਦੋਲੋਂ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਇਸ ਸਮਾਗਮ ਨੂੰ ਸਫਲ ਕੀਤਾ ਹੈ। ਇਹ ਸਮਾਗਮ ਜੋ ਕਿ ਧਰਮ ਨਿਰੋਲ ਧਾਰਮਿਕ ਸਮਾਗਮ ਸੀ ਔਰ ਅਸੀਂ ਇੱਥੇ ਅਰਦਾਸ ਕੀਤੀ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਸਾਰਿਆਂ ਨੂੰ ਪਰਮਾਤਮਾ ਹੋਰ ਬਲ ਬੁੱਧੀ ਬਖਸ਼ੇ। ਅਸੀਂ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੌਮ ਦੇ ਜਿਹੜੇ ਇਹ ਸਮਾਗਮ ਹੈ ਅੱਗੇ ਹੋ ਕੇ ਕਰਵਾ ਸਕੀਏ। ਮੈਂ ਸਮੁੱਚੀਆਂ ਤੰਗ ਸੰਗਤਾਂ ਦਾ ਖਾਸ ਤੌਰ 'ਤੇ ਮੇਰੇ ਸੱਦੇ 'ਤੇ ਬੜੇ ਹੀ ਰੁਝੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਮਾਤਾ ਵਿਪਨਪ੍ਰੀਤ ਕੌਰ ਜੀ, ਸਾਡੇ ਸਾਹ ਗੁਰਮੀਤ ਸਿੰਘ ਕੁਲਾਰ ਸਾਹਿਬ, ਸਾਡੇ ਜੇ ਐਸ ਅਰੋੜਾ ਸਿੰਘ ਅਰੋੜਾ ਸਾਹਿਬ, ਸਾਡਾ ਵੀਰ ਸੁਰਿੰਦਰ ਸਿੰਘ ਚੌਹਾਨ ਸਾਹਿਬ ਔਰ ਖਾਸ ਤੌਰ 'ਤੇ ਭਾਈ ਅਰਸ਼ਦੀਪ ਸਿੰਘ ਖਾਲਸਾ ਜੋ ਕਿ ਮੇਰਾ ਛੋਟਾ ਵੀਰ ਹੈ, ਜਿਨ੍ਹਾਂ ਨੇ ਇਸ ਸਮਾਗਮ ਵਿੱਚ ਜਿੱਥੇ ਸੇਵਾਵਾਂ ਕੀਤੀਆਂ ਨਿਸ਼ਕਾਮ ਉੱਥੇ ਸਹਿਯੋਗ ਵੀ ਦਿੱਤਾ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਉਣ ਵਾਲੇ ਸਮੇਂ ਵਿੱਚ ਇਹੀ ਆਸ ਕਰਾਂਗਾ ਕਿ ਸਾਰੇ ਇਸ ਤਰ੍ਹਾਂ ਆਪਾਂ ਰਲ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਨਾਲ ਇਹ ਸਮਾਗਮ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਲਾਈਵ ਲਈ ਅਰਵਿੰਦਰ ਸੁਰਾਣਾ ਦੀ ਰਿਪੋਰਟ।